ਇਸ ਵੀਡੀਓ 'ਚ ਮੈਂ 9-10 ਗਾਣੇ ਇੱਦਾਂ ਦੇ ਦੱਸੂਗਾ ਜਿਹੜੇ ਇੱਕ ਦੂਜੇ ਤੋਂ ਬਿਲਕੁਲ ਡਿਫਰੈਂਟ ਹੋਣਗੇ, ਪਰ ਉਹਨਾਂ ਦੇ ਵਿੱਚ ਜਿਹੜੇ ਲਿਰਿਕਸ ਹੋਣਗੇ ਉਹ ਬਿਲਕੁਲ ਐਕਸਟ੍ਰੀਮ ਲੈਵਲ ਦੇ ਹੋਣਗੇ। ਯਾਨੀ ਕਿ ਉਹਨਾਂ ਦੇ ਲਿਰਿਕਸ ਸੁਣ ਕੇ ਆਪਾਂ ਨੂੰ ਇੱਦਾਂ ਲੱਗਿਆ ਕਿ ਯਾਰ ਇਸ ਤੋਂ ਉੱਪਰ ਕੋਈ ਹੋਰ ਚੀਜ਼ ਨਹੀਂ ਲਿਖੀ ਜਾ ਸਕਦੀ। ਅਤੇ ਮੈਂ ਲਾਸਟ ਗਾਣਾ ਇੱਦਾਂ ਦਾ ਦੱਸੂਗਾ ਜਿਹੜਾ ਹਰ ਪੰਜਾਬੀ ਨੇ ਉਹ ਸੁਣਿਆ, ਪਰ ਆਪਾਂ ਕਦੇ ਵੀ ਨਹੀਂ ਚਾਹਾਂਗੇ ਕਿ ਉਹ ਵਾਲਾ ਗਾਣਾ ਆਪਾਂ ਖੁਦ ਸਰਚ ਕਰਕੇ ਯੂਟਿਊਬ 'ਤੇ ਸੁਣੀਏ ਅਤੇ ਉਹਨੂੰ ਇੰਜੋਏ ਕਰੀਏ। ਅਤੇ ਉਹ ਗਾਣਾ ਹੈ ਵੀ ਇੱਦਾਂ ਦਾ ਕਿ ਕਈ ਵਾਰੀ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਰੈਂਡਮ ਉਹ ਗਾਣਾ ਸੁਣ ਜਾਵੇ ਤਾਂ ਆਪਾਂ ਨੂੰ ਇੱਕ ਘਬਰਾਹਟ ਜੀ ਹੋਣ ਲੱਗ ਜਾਂਦੀ ਹੈ ਅਤੇ ਡਰ ਜਿਹਾ ਲੱਗਣ ਲੱਗ ਜਾਂਦਾ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਯਾਰ ਇੱਦਾਂ ਦਾ ਕਿਹੜਾ ਗਾਣਾ, ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਅਤੇ ਹੋਰ ਵੀ ਬਹੁਤ ਸਾਰੇ ਗਾਣੇ ਮੈਂ ਇਸ ਵੀਡੀਓ ਦੇ ਵਿੱਚ ਡਿਸਕਸ ਕਰੂੰਗਾ। ਤਾਂ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਪਹਿਲਾਂ ਤਾਂ 3 ਗਾਣੇ ਉਹ ਨੇ ਜਿਹਦੇ ਵਿੱਚ ਪਿਓਰ ਫੈਕਟ ਦੱਸੇ ਹੋਏ ਨੇ। ਇਹਨਾਂ ਗਾਣਿਆਂ ਦੇ ਵਿੱਚ ਜਿਹੜੇ ਲਿਰਿਕਸ ਨੇ ਉਹਨੂੰ ਲਿਖਣ ਦਾ ਤਰੀਕਾ ਵੀ ਬਹੁਤ ਅਲੱਗ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਕਰਨ ਔਜਲਾ ਬਾਈ ਦਾ ਗਾਣਾ ਆ ਜਾਂਦਾ ਫੈਕਟ। ਡੇਲੀ ਲਾਈਫ ਦੇ ਵਿੱਚ ਜੋ ਵੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਫੈਕਟ ਗਾਣੇ ਦੇ ਵਿੱਚ ਕਰਨ ਔਜਲਾ ਬਾਈ ਨੇ ਇਹ ਸਾਰੀਆਂ ਚੀਜ਼ਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਤੇ ਬਹੁਤ ਘੱਟ ਗਾਣੇ ਹੁੰਦੇ ਨੇ ਜਿਹੜੇ ਬਿਲਕੁਲ ਸੱਚ ਦੱਸਦੇ ਹੁੰਦੇ ਨੇ, ਜਿਵੇਂ ਕਿ ਕਰਨ ਔਜਲਾ ਬਾਈ ਨੇ ਇੱਕ ਲਾਈਨ ਦੇ ਵਿੱਚ ਇਹ ਲਿਖਿਆ ਕਿ ਜਿਹਨੇ ਜੰਮਿਆ ਆਪਾਂ ਉਹਨੂੰ ਭੁਲਾਤਾ, ਤੇ ਬਾਈ ਨੇ ਇਹ ਕਿਹਾ ਕਿ ਇੱਕ ਪਾਸੇ ਤਾਂ ਆਪਾਂ ਗਊ ਨੂੰ ਮਾਤਾ ਕਹਿੰਦੇ ਹਾਂ ਤੇ ਦੂਜੇ ਪਾਸੇ ਜਿਹੜੀ ਆਪਣੀ ਮਾਤਾ ਹੈ ਜਿਹਨੇ ਜੰਮਿਆ ਆਪਾਂ ਨੂੰ ਉਹਨੂੰ ਆਪਾਂ ਭੁਲਾ ਦਿੱਤਾ। ਫਿਰ ਇੱਕ ਹੋਰ ਲਾਈਨ ਦੇ ਵਿੱਚ ਕਰਨ ਔਜਲਾ ਬਾਈ ਨੇ ਕਿਹਾ ਕਿ ਲੋਕਾਂ ਨੇ ਯੂਰਿਨ ਵੀ ਵਿਕਣ ਲਾਤਾ, ਤੇ ਇਹ ਗਾਣਾ ਆਪਾਂ ਸਾਰਿਆਂ ਨੇ ਸੁਣਿਆ। ਇਹਦੇ ਵਿੱਚ ਸਿਰਫ ਇਹੀ ਨਹੀਂ, ਇਹਦੇ ਪੂਰੇ ਗਾਣੇ ਦੇ ਲਿਰਿਕਸ ਤੁਸੀਂ ਸਮਝੋਗੇ ਤਾਂ ਬਹੁਤ ਘੈਂਟ ਲੱਗਣਗੇ। ਐਂ ਲੱਗੂਗਾ ਕਿ ਇੱਕ ਵਾਰੀ ਆਪਾਂ ਨੂੰ ਰਿਐਲਿਟੀ ਬਿਲਕੁਲ ਰਿਮਾਇੰਡ ਹੋ ਗਈ, ਯਾਦ ਹੋ ਗਈ। ਫਿਰ ਇਸ ਤੋਂ ਬਾਅਦ ਅਗਲਾ ਗਾਣਾ ਆਉਂਦਾ ਹੈ 295। ਦੇਖੋ ਸਿੱਧੂ ਬਾਈ ਦੇ ਜਿਹੜੇ ਵੀ ਗਾਣੇ ਆਏ ਨੇ ਉਹਦੇ ਵਿੱਚ ਵੈਸੇ ਤਾਂ ਫੈਕਟ ਦੱਸਿਆ ਹੁੰਦਾ ਹੈ, 295 ਗਾਣੇ ਆਉਣ ਤੋਂ ਪਹਿਲਾਂ ਕਿਸੇ ਵੀ ਗਾਣੇ ਦੇ ਵਿੱਚ ਇਦਾਂ ਦੇ ਲਿਰਿਕਸ ਜਾਂ ਇਦਾਂ ਦੀਆਂ ਗੱਲਾਂ ਨਹੀਂ ਕੀਤੀਆਂ ਸੀ ਕਿਸੇ ਵੀ ਸਿੰਗਰ ਨੇ। ਬਾਈ ਨੇ ਗੁਰੂ ਘਰ ਦੀ ਗੱਲ ਵੀ ਕੀਤੀ ਹੈ, ਪੰਜਾਬੀ ਮਾਂ ਬੋਲੀ ਦੀ ਗੱਲ ਵੀ ਕੀਤੀ ਹੈ, ਲੀਡਰ ਜਨਤਾ ਨੂੰ ਕਿਵੇਂ ਠੱਗਦੇ ਨੇ ਉਹਨਾਂ ਦੀ ਗੱਲ ਵੀ ਕੀਤੀ ਹੈ। ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੋਊਗੀ ਜਿਹੜੀ ਆਪਾਂ ਆਮ ਜ਼ਿੰਦਗੀ ਦੇ ਵਿੱਚ ਫੀਲ ਕਰਦੇ ਹਾਂ ਅਤੇ ਉਹ ਇਸ ਗਾਣੇ ਦੇ ਵਿੱਚ ਨਾ ਹੋਵੇ। ਇਹ ਵਾਲਾ ਗਾਣਾ ਜਦੋਂ ਮੂਸ ਟੈਪ ਦੇ ਵਿੱਚ ਆਇਆ ਸੀ ਉਦੋਂ ਤਾਂ ਜ਼ਿਆਦਾਤਰ ਲੋਕਾਂ ਨੇ ਲਾਈਟਲੀ ਹੀ ਲਿਆ ਸੀ ਇਸ ਗਾਣੇ ਨੂੰ, ਪਰ ਫਿਰ ਜਦੋਂ ਮੂਸ ਟੈਪ ਦੇ ਸਾਰੇ ਗਾਣੇ ਰਿਲੀਜ਼ ਹੋ ਗਏ ਤਾਂ ਫਿਰ ਕੁਝ ਮਹੀਨਿਆਂ ਬਾਅਦ ਇਹ ਗਾਣਾ ਬਹੁਤ ਜ਼ਿਆਦਾ ਨੋਟਿਸ ਦੇ ਵਿੱਚ ਆਇਆ। ਲੋਕ ਸੋਚਣ ਦੇ ਮਜਬੂਰ ਹੋ ਗਏ ਕਿ 295 ਗਾਣਾ ਲਿਖ ਕੇ ਸਿੱਧੂ ਮੂਸੇਵਾਲਾ ਨੇ ਕਿੰਨੀ ਆਪਦੀ ਸਕਿੱਲ, ਆਪਦਾ ਮਾਈਂਡਸੈਟ ਅਤੇ ਆਪਦੀ ਕਲਮ ਦੀ ਤਾਕਤ ਦਿਖਾਈ ਹੈ। ਫਿਰ ਤੀਜਾ ਗਾਣਾ ਆਉਂਦਾ ਚਮਕੀਲੇ ਦਾ, ਜਿਹਦਾ ਨਾਮ ਹੈ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। ਦੇਖੋ ਵੈਸੇ ਤਾਂ ਚਮਕੀਲੇ ਨੇ ਕਾਫੀ ਸਾਰੇ ਇਦਾਂ ਦੇ ਗਾਣੇ ਗਾਏ ਨੇ ਜਿਨ੍ਹਾਂ ਤੋਂ ਲੋਕਾਂ ਨੂੰ ਇਤਰਾਜ਼ ਰਿਹਾ। ਚਮਕੀਲਾ ਨੇ ਨਾਲ ਦੀ ਨਾਲ ਉਹ ਵੀ ਗਾਣੇ ਗਾਏ ਨੇ ਜਿਹੜੇ ਅੱਜ ਆਪਾਂ ਆਪਣੀਆਂ ਰੀਲਾਂ ਤੇ ਫੋਟੋਆਂ ਤੇ ਲਾਉਨੇ ਆ, ਜਿਨ੍ਹਾਂ 'ਚੋਂ ਇੱਕ ਗਾਣਾ ਹੈ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। ਦੇਖੋ ਇਸ ਗਾਣੇ ਦੇ ਵਿੱਚ ਚਮਕੀਲਾ ਨੇ ਉਸ ਟਾਈਮ ਫੈਕਟ ਦੱਸਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹਦੇ ਵਿੱਚ ਕੁਝ ਲਿਰਿਕਸ ਇਦਾਂ ਨੇ ਜਿਹੜੇ ਬਿਲਕੁਲ ਆਮ ਲਾਈਫ ਦੇ ਨਾਲ ਜੁੜੇ ਹੋਏ ਨੇ। ਇਸ ਤੋਂ ਬਾਅਦ ਅਗਲੀ ਕੈਟਾਗਰੀ ਆਉਂਦੀ ਹੈ ਹਿਸਟਰੀ ਬੇਸਡ ਸੌਂਗ। ਇਸ ਤਾਂ ਹਿਸਟਰੀ ਤੇ ਕਾਫੀ ਸਾਰੇ ਸੌਂਗ ਬਣੇ ਨੇ, ਪਰ ਹੁਣ ਰੀਸੈਂਟਲੀ ਟ੍ਰੈਂਡਿੰਗ ਵਿੱਚ ਚੱਲ ਰਹੇ ਸਿੰਗਰਸ ਦੇ ਵਿੱਚੋਂ ਅਰਜਨ ਢਿੱਲੋਂ ਬਾਈ ਦਾ ਨਾਮ ਆਉਂਦਾ ਜਿਨ੍ਹਾਂ ਨੇ ਮਹਾਰਾਣੀ ਜਿੰਦਾ ਤੇ ਸੌਂਗ ਲਿਖਿਆ। ਇਹ ਗਾਣਾ ਲੋਕਾਂ ਨੇ ਇੰਨਾ ਜ਼ਿਆਦਾ ਸੁਣਿਆ ਜਿਵੇਂ ਸਿੱਧੂ ਬਾਈ ਦੇ ਕਿਸੇ ਵੀ ਨਵੇਂ ਗਾਣੇ ਨੂੰ ਦੇਖ ਕੇ ਸਰਚ ਕਰਨ ਲੱਗ ਜਾਂਦੇ ਸੀ ਲੋਕ, ਉਵੇਂ ਅਰਜਨ ਢਿੱਲੋਂ ਬਾਈ ਦਾ ਜਿਹੜਾ ਮਹਾਰਾਣੀ ਜਿੰਦਾ ਸੌਂਗ ਸੀ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਦੇਖਿਆ ਕਿ ਮਹਾਰਾਣੀ ਜਿੰਦਾ ਦੀ ਹਿਸਟਰੀ ਦੇ ਬਾਰੇ ਪੜ੍ਹਿਆ ਜਾਵੇ। ਅਗਲਾ ਗਾਣਾ ਫਿਰ ਆ ਜਾਂਦਾ ਕਰਨ ਔਜਲਾ ਬਾਈ ਦਾ, ਪਰ ਇਸ ਵਾਰ ਕੈਟੇਗਰੀ ਥੋੜੀ ਅਲੱਗ ਹੈ। ਇਹ ਉਹ ਗਾਣਾ ਹੈ ਜਿਹੜਾ ਖੁਦ ਦੀ ਲਾਈਫ ਤੇ ਸੌਂਗ ਲਿਖਿਆ ਕਰਨ ਔਜਲਾ ਬਾਈ ਨੇ, ਤੇ ਇਸ ਸੌਂਗ ਨੂੰ ਸੁਣ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਯਾਰ ਕਰਨ ਔਜਲਾ ਬਾਈ ਜਦੋਂ ਇਹ ਗਾਣਾ ਲਿਖ ਰਹੇ ਸੀ ਉਹਨੇ ਰਾਈਮਿੰਗ ਕਿੱਦਾਂ ਬਣਾਈ ਹੋਣੀ, ਕਿੰਨਾ ਡਿਫੀਕਲਟ ਹੋਊਗਾ ਉਹਦੇ ਲਈ, ਕਿਉਂਕਿ ਉਹਦੀ ਲਾਈਫ ਦੇ ਵਿੱਚ ਉਹਨੇ ਜਿੰਨੀ ਵੀ ਚੀਜ਼ਾਂ ਹੰਡਾਈਆਂ ਉਹ ਇਸ ਗਾਣੇ ਦੇ ਵਿੱਚ ਲਿਖਤੀਆਂ। ਇਸ ਤੋਂ ਬਾਅਦ ਮੈਂ 2 ਗਾਣੇ ਦੱਸੂਗਾ ਜਿਹਦੀ ਕੈਟੇਗਰੀ ਇਸ ਤੋਂ ਵੀ ਅਲੱਗ ਹੈ, ਯਾਨੀ ਕਿ ਉਹ ਗਾਣੇ ਕੁੜੀ ਨੂੰ ਡੈਡੀਕੇਟ ਕੀਤੇ ਹੋਏ ਨੇ, ਉਹਦੇ ਵਿੱਚ ਜਿਹੜੇ ਲਿਰਿਕਸ ਨੇ ਉਹ ਬਹੁਤ ਕਮਾਲ ਦੇ ਨੇ। ਸਭ ਤੋਂ ਪਹਿਲਾਂ ਗਾਣਾ ਤਾਂ ਆਉਂਦਾ ਸਿੱਧੂ ਮੂਸੇਵਾਲਾ ਬਾਈ ਦਾ ਜਾਂਦੀ ਵਾਰ। ਦੇਖੋ ਸਿੱਧੂ ਬਾਈ ਨੇ ਜਦੋਂ ਵੀ ਕੋਈ ਲਿਰਿਕਸ ਲਿਖੇ ਨੇ ਕਿਸੇ ਵੀ ਗਾਣੇ ਦੇ ਉਹਨੇ ਬਿਲਕੁਲ ਹੱਦ ਪਾਰ ਕੀਤੀ ਹੈ, ਤੇ ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਹੜੀਆਂ ਚੀਜ਼ਾਂ ਬਾਕੀ ਦੇ ਰਾਈਟਰ ਨੋਰਮਲ ਤਰੀਕੇ ਨਾਲ ਪੇਸ਼ ਕਰਦੇ ਨੇ ਉਹੀ ਚੀਜ਼ਾਂ ਸਿੱਧੂ ਬਾਈ ਨੇ ਘੁਮਾ ਫਿਰਾ ਕੇ ਇੱਕ ਬਹੁਤ ਅਲੱਗ ਤਰੀਕੇ ਨਾਲ ਪੇਸ਼ ਕੀਤੀਆਂ ਸੀ। ਜਾਂਦੀ ਵਾਰ ਸੌਂਗ ਦੇ ਵਿੱਚ ਵੀ ਇਦਾਂ ਹੀ ਹੈ, ਜਾਂਦੀ ਵਾਰ ਸੌਂਗ ਜਿਹੜਾ ਕੋਈ ਬੰਦਾ ਸੁਣ ਲੈਂਦਾ ਉਹ ਇੱਕ ਵਾਰ ਤਾਂ ਇਹਨਾਂ ਲਿਰਿਕਸ ਨੂੰ ਸੁਣ ਕੇ ਯਾਰ ਬਹੁਤ ਡੀਪ ਚਲਾ ਜਾਂਦਾ।
ਕਿਉਂਕਿ ਬਾਈ ਨੇ ਇਹਦੇ ਵਿੱਚ ਲਿਖਿਆ ਕਿ ਜਾਂਦੀ ਵਾਰ ਮੈਨੂੰ ਆਪ ਦਾ ਮੁੱਖ ਦਿਖਾ ਜਾ, ਮੇਰੀ ਮੌਤ ਹੋਣ ਵਾਲੀ ਹੈ ਜਾਂ ਮੇਰੇ ਸਾਹਾਂ ਵਾਲੀ ਜਿਹੜੇ ਆਪ ਨੇ ਉਹ ਖਤਮ ਹੋਣ ਵਾਲੇ ਨੇ। ਇਹਦੇ ਵਿੱਚ ਵੀ ਬਹੁਤ ਐਕਸਟ੍ਰੀਮ ਲੈਵਲ ਦੇ ਲਿਰਿਕਸ ਲਿਖੇ ਨੇ ਬਾਈ ਨੇ, ਜਿਵੇਂ ਕਿ ਸਿੱਧੂ ਬਾਈ ਨੇ ਇੱਕ ਲਾਈਨ ਦੇ ਵਿੱਚ ਇਹ ਲਿਖਿਆ ਕਿ ਸਿੱਧੂ ਜਿੱਦ ਸਾਹਾਂ ਨਾਲ ਕਰੀ ਬੈਠਾ, ਮੌਤ ਮੁੱਖ ਤੇਰਾ ਦੇਖੇ ਬਿਨਾਂ ਆਈ ਨਹੀਂ, ਮੈਂ ਹਜੇ ਮੌਤ ਨੂੰ ਵੀ ਰੋਕਿਆ ਹੋਇਆ, ਮੈਂ ਤੇਰਾ ਮੁੱਖ ਦੇਖ ਕੇ ਹੀ ਮਰਨਾ। ਇਸ ਤੋਂ ਬਾਅਦ ਦੂਜਾ ਗਾਣਾ ਦਿਲਾ ਨਾਮ ਤੋਂ ਜਿਹੜਾ ਸਟੋਨ ਭੁੱਲਰ ਨੇ ਗਾਇਆ, ਇਹ ਮੁੰਡਾ ਬਿਲਕੁਲ ਨਵਾਂ ਹੈ। ਤੁਸੀਂ ਇਹ ਗਾਣਾ ਸੁਣੋਗੇ ਤਾਂ ਤੁਹਾਨੂੰ ਲੱਗੂਗਾ ਕਿ ਯਾਰ ਲਿਰਿਕਸ ਬਹੁਤ ਕਮਾਲ ਦੇ ਲਿਖੇ ਹੋਏ ਨੇ ਇਸ ਗਾਣੇ ਦੇ। ਪੂਰਾ ਗਾਣਾ ਤਾਂ ਤੁਸੀਂ ਯੂਟਿਊਬ ਤੇ ਜਾ ਕੇ ਸੁਣ ਲਿਓ, ਪਰ ਮੈਂ ਤੁਹਾਨੂੰ ਇਸ ਦੇ ਵਿੱਚ ਕੁਝ ਲਾਈਨਾਂ ਸੁਣਾ ਦਿੰਨਾ ਜਿਨ੍ਹਾਂ ਦਾ ਬ੍ਰੇਕਅਪ ਵਗੈਰਾ ਹੋਇਆ ਉਹ ਇਸ ਗਾਣੇ ਨਾਲ ਰਿਲੇਟ ਕਰ ਪਾਉਣਗੇ, ਕਿਉਂਕਿ ਇਸ ਗਾਣੇ ਦੇ ਵਿੱਚ ਇਦਾਂ ਦੀਆਂ ਲਾਈਨਾਂ ਲਿਖੀਆਂ ਹੋਈਆਂ ਨੇ ਕਿ ਛੱਡ ਦਿਲਾ ਪਿਆਰ ਨਾ ਕਰੀ, ਛੱਡ ਦਿਲਾ ਪਿਆਰ ਨਾ ਕਰੀ। ਮੈਨੂੰ ਇਸ ਗਾਣੇ ਦੀ ਇੱਕ ਲਾਈਨ ਬਹੁਤ ਘੈਂਟ ਲੱਗੀ ਕਿ ਹੰਝੂ ਤੇਰੇ ਸਾਂਭ ਕੇ ਰੱਖੀ ਤੈਨੂੰ ਬੜੀ ਵਾਰੀ ਪੈਣਾ ਹੈ ਰੋਣਾ, ਤੇ ਜੇਕਰ ਤੁਸੀਂ ਸਟੋਨ ਭੁੱਲਰ ਬਾਈ ਨੂੰ ਹਜੇ ਤੱਕ ਐਕਸਪਲੋਰ ਨਹੀਂ ਕੀਤਾ ਤੇ ਇਹਦੇ ਗਾਣੇ ਨਹੀਂ ਸੁਣੇ ਤਾਂ ਯੂਟਿਊਬ ਤੇ ਜਾ ਕੇ ਜ਼ਰੂਰ ਸੁਣਿਓ ਦਿਲਾ ਨਾਮ ਤੋਂ ਗਾਣਾ ਹੈ। ਇੱਕ ਇਦਾਂ ਦਾ ਗਾਣਾ ਮੈਂ ਦੱਸਣ ਲੱਗਿਆ ਜਿਹੜਾ ਹੁਣ ਰੀਸੈਂਟਲੀ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਤੇ ਲਿਖਿਆ ਹੋਇਆ, ਤੇ ਉਹ ਇੱਕ ਪੰਜਾਬੀਆਂ ਲਈ ਅਵੇਅਰਨੈਸ ਵਾਲਾ ਸੌਂਗ ਵੀ ਕਹਿ ਸਕਦੇ ਹਾਂ। ਉਹਦੇ ਵਿੱਚ ਪੰਜਾਬ ਦੇ ਫੈਕਟ ਦੱਸੇ ਹੋਏ ਨੇ। ਉਸ ਗਾਣੇ ਦਾ ਨਾਮ ਹੈ ਪੰਜਾਬ, ਜਿਹੜਾ ਕਿ ਜੋਤ ਹੰਜਰਾ ਬਾਈ ਨੇ ਗਾਇਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਤੇ ਹੁਣ ਜਿੱਦਾਂ ਦਾ ਮਾਹੌਲ ਚੱਲ ਰਿਹਾ ਇਹ ਗਾਣੇ ਨਾਲ ਤੁਸੀਂ ਬਿਲਕੁਲ ਰਿਲੇਟ ਕਰੋਗੇ। ਇਸ ਗਾਣੇ ਦੇ ਮੈਂ ਲਿਰਿਕਸ ਐਕਸਪਲੇਨ ਕਰਕੇ ਦੱਸ ਦਿੰਦਾ। ਬਾਈ ਨੇ ਇਹ ਲਿਖਿਆ ਜਿਹਨੂੰ ਆਪਾਂ ਚੋਣਾਂ ਦੇ ਵਿੱਚ ਜਿਤਾਇਆ ਉਹੀ ਹੁਣ ਆਪਣਾ ਮੂੰਹ ਬੰਦ ਕਰਕੇ ਬਹਿ ਗਏ, ਬਾਈ ਨੇ ਕਿਹਾ ਕਿ ਬੰਦੇ ਬਾਹਰਲੀ ਸਟੇਟ ਚੋਂ ਆ ਕੇ ਗੋਲੀ ਮਾਰ ਜਾਂਦੇ, ਬੰਦੇ ਬਾਹਰਲੀ ਸਟੇਟੋਂ ਆ ਕੇ ਗੋਲੀ ਮਾਰ ਜਾਂਦੇ, ਕਿਨੇ ਲੈ ਕੇ ਜ਼ਿੰਮੇਵਾਰੀ ਖਲੋਣਾ, ਲੈ ਕੇ ਜ਼ਿੰਮੇਵਾਰੀ ਆ ਖਲੋਣਾ। ਇਸ ਲਾਈਨ ਦੇ ਵਿੱਚ ਬਾਈ ਨੇ ਸ਼ੁਭਕਰਨ ਵੀਰੇ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਸੀ ਉਹਦੀ ਜ਼ਿੰਮੇਵਾਰੀ ਹੁਣ ਕੌਣ ਲਊਗਾ। ਫਿਰ ਬਾਈ ਨੇ ਸਿੱਧੂ ਬਾਈ ਦੇ ਲਈ ਲਾਈਨ ਲਿਖੀ ਹੈ ਕਿ ਲੀਕ ਕਰਕੇ ਸਿਕਿਉਰਿਟੀ ਤੁਸੀਂ ਖਬਰ ਛਾਪ ਦਿਓ, ਲੀਕ ਕਰ ਸਕੇ ਉਹ ਦੀ ਖਬਰ ਛਾਪ ਦੇ। ਤੇ ਫਿਰ ਕੋਈ ਵੀ ਗੱਲ ਹੁੰਦੀ ਹੈ ਤੇ ਜਿਹੜਾ ਸਿੱਖ ਬੰਦਾ ਹੁੰਦਾ ਉਹਦੇ ਤੇ ਪਰਚਾ ਉਸੇ ਦਿਨ ਹੀ ਹੋ ਜਾਂਦਾ। ਫਿਰ ਬਾਈ ਨੇ ਅਗਲੀ ਲਾਈਨ ਦੇ ਵਿੱਚ MSP ਦੀ ਵੀ ਗੱਲ ਕੀਤੀ ਹੈ, ਸੋ ਕਿਤੇ 5 ਮਿੰਟਾਂ 'ਚ MSP ਖੜੀ। ਸੋ ਮੈਨੂੰ ਲੱਗਦਾ ਕਿ ਇਹ ਵਾਲਾ ਗਾਣਾ ਤੁਹਾਨੂੰ ਇੱਕ ਵਾਰੀ ਤਾਂ ਜ਼ਰੂਰ ਜਾ ਕੇ ਸੁਣਨਾ ਚਾਹੀਦਾ ਤੇ ਅੱਜ ਕੱਲ੍ਹ ਤਾਂ ਯੂਥ ਬਹੁਤ ਅਵੇਅਰ ਹੋ ਗਿਆ ਤੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਰੱਖਦਾ ਹੀ ਹੈ। ਜੋਤ ਹੰਜਰਾ ਬਾਈ ਨੇ ਇਹ ਗਾਣਾ ਗਾਇਆ, ਯੂਟਿਊਬ ਤੇ ਜਾ ਕੇ ਜ਼ਰੂਰ ਸੁਣਿਓ। ਫਿਰ ਮੈਂ ਦੱਸਿਆ ਸੀ ਕਿ ਇੱਕ ਲਾਸਟ ਦੇ ਵਿੱਚ ਇਦਾਂ ਦਾ ਗਾਣਾ ਦੱਸੂਗਾ ਜਿਹੜਾ ਆਪਾਂ ਖੁਦ ਜਾ ਕੇ ਸਰਚ ਕਰਕੇ ਕਦੇ ਵੀ ਨਹੀਂ ਸੁਣਨਾ ਚਾਹਾਂਗੇ। ਉਹ ਗਾਣਾ ਲਿਖਿਆ ਵੀਤ ਬਲਜੀਤ ਬਾਈ ਨੇ, ਇਹਦੇ ਹਿੱਸੇ ਦੀ ਛੱਡ ਗਿਆ ਛਾਂ। ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈ ਤੇ ਉਦੋਂ ਸਟੋਰੀ ਦੇ ਵਿੱਚ ਇਹੀ ਗਾਣਾ ਜ਼ਿਆਦਾਤਰ ਲੋਕ ਲਾਉਂਦੇ ਨੇ, ਤੇ ਜਦੋਂ ਵੀ ਇਹ ਗਾਣਾ ਰੈਂਡਮਲੀ ਆਪਣੇ ਸਾਹਮਣੇ ਆਉਂਦਾ ਤੇ ਯਾਰ ਆਪਾਂ ਨੂੰ ਘਬਰਾਹਟ ਜੀ ਹੋਣ ਲੱਗ ਜਾਂਦੀ ਹੈ। ਆਪਾਂ ਇਹ ਚਾਹੁੰਦੇ ਹਾਂ ਕਿ ਇਹ ਵਾਲਾ ਗਾਣਾ ਤਾਂ ਬਾਈ ਨਾ ਹੀ ਲਿਖਦਾ ਤੇ ਨਾ ਹੀ ਗਾਉਂਦਾ, ਕਿਉਂਕਿ ਇਹ ਗਾਣਾ ਸੁਣ ਕੇ ਹਰ ਇੱਕ ਬੰਦੇ ਨੂੰ ਰਿਐਲਿਟੀ ਚੇਤੇ ਆ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਖੁਦ ਜਾ ਕੇ ਸਪੈਸ਼ਲ ਇਹ ਗਾਣਾ ਸਰਚ ਕਰਕੇ ਸੁਣਿਆ ਹੋਊਗਾ ਤੇ ਇਸ ਨੂੰ ਇੰਜੋਏ ਕੀਤਾ ਹੋਊਗਾ, ਕਿਉਂਕਿ ਵੈਸੇ ਆਪਾਂ ਦੇਖਦੇ ਹਾਂ ਕਿ ਸਾਰੇ ਗਾਣੇ ਐਂਟਰਟੇਨਮੈਂਟ ਲਈ ਹੀ ਹੁੰਦੇ ਨੇ। ਸੋ ਇਹ ਸੀ ਅੱਜ ਦੀ ਵੀਡੀਓ, ਤੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਰ ਗਾਣੇ ਦੀ ਮੈਂ ਅਲੱਗ ਕੈਟੇਗਰੀ ਰੱਖਾਂ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਦਾਂ ਦੀਆਂ ਹੀ ਵੀਡੀਓਜ਼ ਲੈ ਕੇ ਆਵਾਂ ਤਾਂ ਤੁਸੀਂ ਇਹ ਵੀ ਜ਼ਰੂਰ ਦੱਸਿਓ। ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ।